ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅੱਜ ਕੱਲ ਬਈ ਜਿਹੜਾ ਦੌਰ ਹੈ ਹਰ ਬੰਦਾ ਦਾ ਇੱਕ ਮੈਂ ਕਾਮਯਾਬ ਹੋ ਵਣਾ ਕਾਮਯਾਬ ਕਿੰਜ ਹੋ ਵਣਾ ਨਾ ਮੈਂ ਮਿਹਨਤ ਕਰਨੀ ਪਵੇ ਕੋਈ ਕੰਮ ਮੈਂ ਕਰਨਾ ਨਾ ਪਵੇ ਜਿਸ ਹਾਲਤ ਵਿੱਚ ਮੈਂ ਆ ਉਸ ਹਾਲਤ ਵਿੱਚ ਹੀ ਰਹਾ ਮੈਂ ਕਾਮਯਾਬ ਹੋ ਵਣਾ ਇਹ ਬਈ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ ਅਗਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਮਿਹਨਤ ਕਰਨੀ ਪਾਉਣੀ ਤਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਾਉਣੀਆਂ ਨੇ ਆ ਜਾ ਕੇ ਉਹਨੇ ਹੁਣ ਤੁਸੀਂ ਇਹ ਕੰਮ ਲੱਗਿਆ ਹੋ ਤੁਸੀਂ ਆਖੋ ਜੀ ਮੈਂ ਬਸ ਇਹ ਕੰਮ ਕਰਨਾ ਮੈਂ ਹੋਰ ਕਰ ਹੀ ਨਾ ਸਕਦਾ ਤੇ ਬਤ ਉਹ ਉਸ ਹਿਸਾਬ ਨਾਲ ਜਿਹੜਾ ਨਹੀਂ ਉਹ ਤੁਸੀਂ ਕਮਜਾਬ ਨਹੀਂ ਹੋ ਸਕਦੇ ਤੁਸੀਂ ਜਿੱਥੇ ਹੋ ਤੁਸੀਂ ਉਸ ਨਾਲ ਥੱਲੇ ਹੀ ਰਹਿਣਾ ਹੈ ਤੁਸੀਂ ਕੁੱਤੇ ਨਹੀਂ ਹੋ ਸਕਦੇ ਤੇ ਇੱਕ ਬਜ਼ੁਰਗ ਆਨੰਦ ਨਾਲ 10 ਸਾਲ ਦਾ ਬੇਟਾ ਉਹਦੀ ਜਾ ਰਹਿਣ ਜੰਗਲ ਦੇ ਵਿੱਚ ਬਜ਼ੁਰਗ ਨੂੰ ਪਿਆਸ ਲੱਗ ਗਈ ਬਜ਼ੁਰਗ ਨੂੰ ਪਿਆਸ ਲੱਗੀ ਤੇ ਸਾਹਮਣੇ ਘਰ ਨਜ਼ਰ ਆਇਆ ਤੇ ਬਜ਼ੁਰਗ ਆਖਿਆ ਕਿਦਰ ਘਰ ਜਾ ਕੇ ਨਾ ਪਾਣੀ ਪੀ ਲੈਂਦੇ ਆ ਉਹ ਘਰ ਸੀ ਖੇਤ ਦੇ ਵਿੱਚ ਸੀ ਖੇਤ ਵੀ ਸਾਰਾ ਸੁਨਸਾਨ ਸੀ ਤੇ ਘਰ ਅਲੀਸ਼ਾਨ ਬਣਿਆ ਹੋਇਆ ਸੀ ਲੇਕਿਨ ਹਾਲਤ ਉਹਦੀ ਬਿਲਕੁਲ ਜਿਹੜੀ ਨਹੀਂ ਹਾਲ ਉਹਦਾ ਬੁਰਾ ਹੋ ਗਿਆ ਨਾ ਕੋ ਪੇੜ ਨਾ ਕੋਈ ਨਾ ਕਿਦਰ ਉਹ ਇਧਰ ਉਖੜੀ ਪਈ ਹੈ ਕਿਦਰ ਉਧਰ ਉਖੜੀ ਪਈ ਹੈ ਤੇ ਉਹਨਾਂ ਦਰਵਾਜ਼ਾ ਖੜਕਾਇਆ ਅੰਦਰੋਂ ਇੱਕ ਸ਼ਖਸ ਨਿਕਲਿਆ ਨਾਲ ਦੋ ਬੱਚੇ ਵੀ ਸੀ ਸ਼ਖਸ ਦੀ ਹਾਲਤ ਇਹ ਮਹਿਸੂਸ ਹੁੰਦਾ ਹੈ ਕਿ ਗਰੀਬੀ ਦੀ ਜ਼ਿੰਦਗੀ ਗਰੀਬੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਬਜ਼ੁਰਗ ਨੁਮੰਦਰ ਲੈ ਗਿਆ ਪਾਣੀ ਸ਼ਾਣੀ ਹੁੰਦੇ ਦਿੱਤਾ ਸ਼ਖਸ ਨੇ ਪਾਣੀ ਪੀਤਾ ਤੇ ਪਾਣੀ ਦੇ ਦੌਰਾਨ ਬਜ਼ੁਰਗ ਪੁੱਛਦੇ ਨੇ ਕਿ ਮੈਂ ਵੇਖਿਆ ਤੁਹਾਡੇ ਖੇਤ ਬਿਲਕੁਲ ਸ਼ਮਸ਼ਾਨ ਹੈ ਨਾ ਤੁਹਾਡਾ ਕਿਵੇਂ ਗੁਜ਼ਰ ਬਸਰ ਹੋਸੀ ਉਹ ਸ਼ਖਸ ਆਦਾ ਕਿ ਮੈਂ ਇੱਕ ਬਾਂਸ ਰੱਖੀ ਹੋਈ ਹੈ ਜਿਹੜਾ ਕਾਫੀ ਦੁੱਧ ਦੇ ਦਿੰਦੀ ਹੈ ਕੋਈ ਦੁੱਧ ਮੈਂ ਅਸੀਂ ਆਪ ਇਸਤੇਮਾਲ ਕਰ ਲੈਂਦੇ ਆ ਕੋਈ ਦੁੱਧ ਵੇਚ ਲੈਂਦੇ ਆ ਜਿਹੜਾ ਵੇਚਦੇ ਆ ਉਹਦੇ ਨਾਲ ਕੋਈ ਜ਼ਰੂਰੀਆ ਦੀ ਚੀਜ਼ ਖਰੀਦ ਲੇ ਤੇ ਬਸ ਇੰਜ ਸ਼ਾਮ ਹੋਣ ਲਈ ਤੇ ਬਜ਼ੁਰਗ ਉਥੇ ਰਹਿ ਪਏ ਤੇ ਅੱਧੀ ਰਾਤ ਨੂੰ ਮਸਲ 12 1 ਵਜੇ ਬਜ਼ੁਰਗ ਨੇ ਆਪਣੇ ਬੇਟਨ ਉਠਾਇਆ ਕਿ ਅਸੀਂ ਹੁਣ ਹੀ ਵਹਿਣਾ ਤੇ ਨਾਲੇ ਇਹ ਵੀ ਆਦਾ ਹੈ ਕਿ ਉੱਤੇ ਉਠ ਜਿਹੜੀ ਬਾਂਸੇ ਚਟਾਂ ਤੋਂ ਢਾ ਕੇ ਮਾਰ ਦੇਣੀ ਹੈ ਤੇ ਬੇਟਾ ਉਹਦਾ ਪਰੇਸ਼ਾਨ ਹੋ ਗਿਆ ਕਿ ਯਾਰ ਇਹ ਤਾਂ ਸਾਡੇ ਨਾਲ ਭਲਾ ਕੀਤਾ ਇਹਦੀ ਮਾਂ ਦੀ ਮਾਰ ਵਣੀ ਜਿਹੜੇ ਦਸਾਰਾ ਉਹ ਸੰਸਮਾਨੀ ਕੋਈ ਨਹੀਂ ਲੇਕਿਨ ਅਬੇ ਦਾ ਉਸ ਉਕਮੀ ਮੰਨਣਾ ਵਾਦਸਾ ਦਾ ਹੁਕਮ ਉਸ ਮੰਨਣੀ ਆ ਚੁੱਪ ਕਰਕੇ ਗਿਆ ਭੈਸ ਮੁਰਨਾ ਜਨਾਬ ਚਟਾਨ ਤੋਂ ਗਰਾਇਆ ਰਾਤੋਂ ਰਾਤ ਗਾਇਬ ਹੋ ਗਿਆ ਉਹ ਜਿਹੜਾ ਉਹਦਾ ਪੁੱਤਰ ਆ ਉਹ ਬੜਾ ਪਰੇਸ਼ਾਨ ਬਾਬੇ ਇੱਕ ਚੰਗਾ ਕੀਤਾ ਤੇ ਇੱਕ ਹੀ ਬੰਦੇ ਸਾਡੇ ਤੇ ਇਹਸਾਨ ਕੀਤਾ ਤੇ ਅਸੀ ਦੀ ਮਾਜੀ ਮਾਰ ਛੋੜੀ ਕੋਈ ਸਾਲ ਲੱਗ ਗਿਆ ਜੀ ਬਸ ਅੰਦਾਸ ਸਾਲਾਂ ਦਾ ਤੇ ਕਰ ਲਓ ਵੀ ਇਹ ਪੰਜ ਸਾਲਾਂ ਦਾ ਹੋ ਗਿਆ ਉਹ ਦੇਨ ਵਿੱਚ ਇਹ ਖਟਕਦੀ ਰਹੀ ਉਹ ਜਨਾਬ ਬੰਦੇ ਦੀ ਤਲਾਸ਼ ਇਸ ਨਿਕਲ ਗਿਆ ਜੀ ਉਸ ਜਗ੍ਹਾ ਪੜ ਗਿਆ ਜਿੱਥੇ ਉਹਨਾਂ ਮੱਝ ਮਾਰੀ ਹੈ ਤੇ ਉੱਥੇ ਵਿਦ ਹੈ ਕਿ ਫਲਾਂ ਦੇ ਬਾਗ ਹੋ ਤੇ ਬੜਾ ਜਨਾਬ ਹੀ ਸਾਬ ਕਿਤਾ ਫਸਲਾਂ ਤੇ ਜਨਾਬ ਆਲੀਸ਼ਾਨ ਘਰ ਬਣਿਆ ਪਿਆ ਜਨਾਬ ਉਹ ਬੜਾ ਪਰੇਸ਼ਾਨ ਹੈ ਬਸ ਇਹ ਬੰਦਾ ਤਵਾਤੇ ਵੇਚ ਫਟਾ ਕੇ ਲੱਗ ਗਿਆ ਉਹਨੇ ਬੰਦੇ ਕਿਧਰ ਗਿਆ ਲੇਕਿਨ ਉਸ ਆ ਕੇ ਮੈਂ ਪੁੱਛਦਾ ਤਾਂ ਇਸ ਨੂੰ ਪਤਾ ਹੋਣਾ ਹੈ ਇਸੇ ਲਈ ਆਉਣਾ ਉਹਦੇ ਕੋਲ ਜਿਸ ਮਿਹਨਤ ਕੀਤੀ ਇਤਨੇ ਹੋ ਜਾਂਦਾ ਹੈ ਉਹ ਘਰ ਦੂਹਾ ਖੜਕਾਂਦਾ ਤੇ ਉਹ ਵਿਯਦਾ ਤੇ ਰਾਣੋ ਵੰਦੇ ਯਾਰ ਇਹ ਤਾਂ ਉਹੀ ਬੰਦਾ ਹੈ ਜਿਹਦੀ ਅਸੀਂ ਮੱਝ ਮਾਰੀ ਸੀ ਤੇ ਹੁਣ ਕਿਵੇਂ ਹੋ ਗਿਆ ਉਹ ਅਧਮੀਨ ਨੂੰ ਖਾਤਿਬ ਕਰਦਾ ਹੈ ਕਿ ਤੁਸੀਂ ਮੈਨੂੰ ਪਛਾਣਿਆ ਅਸੀਂ ਕੋਈ ਸਾਲ ਪਹਿਲੇ ਤੁਹਾਡੇ ਘਰ ਰਹੇ ਸੀ ਮੇਰੇ ਵਾਲਦ ਤੇ ਮੈਂ ਇਹ ਸ਼ਖਸ ਹੰਦਾ ਹੈ ਕਿ ਮੈਂ ਤੁਹਾਨੂੰ ਕਿੰਜ ਭੁੱਲ ਸਕਦਾ ਕਿ ਉਸ ਦਿਨ ਤੁਸੀਂ ਉੱਚੇ ਤੋਂ ਸੁਭਗਰ ਨਿਕਲ ਗਿਆ ਉਹ ਦੂਜੇ ਨੰਬਰ ਤੇ ਮੇਰੀ ਜਿਹੜੀ ਮੱਝ ਆਈ ਨਾ ਉਹ ਚਟਾਨ ਤੋਂ ਗਿਰੀ ਵੱਲ ਆਲਮ ਕਿਵੇਂ ਗਿਰੀ ਹੈ ਤੇ ਮਰ ਗਈ ਹੈ ਤੇ ਉਸ ਤੋਂ ਬਾਅਦ ਜੀਣੇ ਦਾ ਸਾਰਾ ਸਾਡਾ ਜਿਹੜਾ ਨਹੀਂ ਮੱਝ ਆਈ ਸੰ ਕੋਈ ਸਮਝ ਨਹੀਂ ਆਵੇ ਬਸ یوں ਕਰੀਏ ਤੇ ਕਰੀਏ ਕਿ ਇੱਕ ਬੰਦੇ ਸਾਨੂੰ ਮਸ਼ਵਾ ਦਿੱਤਾ ਕਿ ਯਾਰ ਤੇਰੇ ਜੰਗਲ ਦੇ ਜਿਹੜਾ ਹੈ ਨਾ ਤੇ ਰੱਖਿਆ ਤੇ ਦੇ ਵਿੱਚ ਬੜੇ ਦਰਖਤ ਹਨ ਦਰਖਤਾਂ ਕੱਟ ਕੇ ਵੇਚੋ ਤੂੰ ਬੀਜ ਲਿਆ ਬੀ ਲੈ ਕੇ ਜਨਾਬ ਫਸਲ ਨਹੀਂ ਛੇ ਫਸਲ ਗੜਦੂੰ ਜਦੋਂ ਮੈਂ ਇਸ ਤਰ੍ਹਾਂ ਕੀਤਾ ਮੈਂ ਕੋਈ ਜਨਾਬ ਦੇ ਜਾਂਦੇ ਫਸਲ ਗੜ ਦਿੱਤੀ ਅੱਲਾ ਰਿਆਸ ਰਿਤੇ ਮੈਂ ਉਹਨੂੰ ਸ਼ਬਕਤ ਕਰਨ ਲੱਗ ਪਿਆ ਉਸ ਤੇ ਅੱਲਾ ਦੇ ਕਰਮ ਨਾਲ ਫਸਲ ਅੱਛੀ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ ਤੇ ਮੈਂ ਖੁਸ਼ਹਾਲ ਹੋ ਗਿਆ ਫਿਰ ਮੈਂ ਫਲਾਂ ਦੇ ਬਾਗ ਲਾ ਦਿੱਤੇ ਤੇ ਅੱਲਾ ਦਾ ਸ਼ੁਕਰ ਹੈ ਨਿਜ਼ਾਮ ਬੜਾ ਅੱਛਾ ਚੱਲ ਰਿਹਾ ਹੈ ਲੇਕਿਨ ਇਹ ਸਾਰਾ ਕੁਝ ਨਾ ਹੁੰਦਾ ਜਦੋਂ ਮੇਰੀ ਬੈਂਸ ਜੁੰਦੀ ਰਾਂਦੀ ਤਾਂ ਮੈਂ ਕੁਝ ਵੀ ਨਾ ਕਰਨਾ ਉਹ ਮਰ ਗਈ तो ज़रा नहीं, फिर पता लग कि मेरे बेचाही है तैन ते भाई साढ़ा भी यही हाल है ठीक है अल्लाह पाक सन हिम्मत दे अस जिस कामें फाद लेंगे अस उ लगे रहने बोर तो सन करने की लड़ ही कोई नहीं जरा काम बस लगे हुए चुप करके लगे रहिए इंज भाई काम नहीं बन ऐसी और वीडियो देखने के लिए हमारे YouTube चैनल को सबसक्राइब लाइक और शेयर जरूर करें शुक्रिया